पंजाबी चो या लाहौर वाली पंजाबी रली मिली या एक एक दूसरी जुबान केड़ी होनी सराइकी नहीं सराइकी नहीं होनी जैसा आपने ना अपना जेडी सारी जुबान मिलके बननी ना लश्करी जुबान समझ लो कि लाहौर यूनिवर्सिटी लश्करी जी जुबान बनी पी ठीक है कोई इधर हो गया तो कोई उधर आया तो मतलब सारी मिला जुला इत्थे हुण भाई जी सरगोधी दी भी बंदे जुबान बोल रहे हैं चकवाद दी भी जेलम दी भी लेकिन मसला पता की है मसला ये है की जेडी सिटी असल जुबान है ना वो कल्चर ने ऐसा ही वो खत्म हो गई महदूम हो जाती है अगे तुसी वेखो ना आप पहले जिहड़ी सिटी जबान होनी मतलब वड़ वड़े दी आखने है इक सो पता पहले असा रसोई आखने है किचन हां बिल्कुल रसोई साडे वड़ वडेरे रसोई आदे सन हां ते उस तो बाद बाद असा पसारी की आखने है पसारी नहीं आदे पसार ते जेड़ा नहीं मैं अपने उस इलाके दी दसे ना चकवाल वड़ अच्छा अच्छा बाद असा पसारी की आखने है नहीं ते जेलम वाले पास कोई जाना नहीं इस्तेमाल कर पिछे चाचे होने भी करेंगे दूसरे शहर आदे अस वरियाल लफज भी जरा खत्म हो गया साडे जनरल नसीब कर चाची होनी ट्रैक्टर नु जनाब हल बाण आ गया जो यार अलवाने वाले ब्लॉक ले मतलब लफज जरा सुने हो गया नादरी भाई जी सवेरे की अपने पछा हाँ नहीं फदरी 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 ते शामिया पछा नमाशा या पछा पछा है जेडी उन्हें अपना रात रात में कुफ्ता हाँ कुफ्ता नहीं ईद चलो इस जमाने में ना हो रहे ना मैं टाइम नहीं गल कर रहा भाई सा मतलब है कि कोई पछा फदरी दिया दूजे इलाके बंदे इस्तेमाल करते इस तरह बेशुमार ऐसे लफज ने राजे सा लेकिन उस आपने मलानी उसने की बल्ले रजाइया तुड़ाइया पी होनी मतलब जिस वे मतलब उठना सारे ठीक है सारिया रजाइया तुड़ाइया थप के उठ जनाब रख देनिया
ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਣਾ ਬਈ ਉਸ ਦੀ ਜਿਹੜੀ ਇੱਕ ਸਾਈਡ ਹੁੰਦੀ ਉਸ ਸਾਈਡ ਤੇ ਵੱਡੇ ਹੁੰਦੇ ਆ ਪਤੀਲੇ ਦੇਸ ਕੇ ਜਿਹੜੇ ਮਤਲਬ ਜ਼ਿਆਦਾਤਰ ਜਨਾਨੀਆਂ ਸੀ ਵੱਡੇ ਵੱਡੇ ਰੀਆਂ ਨੇ ਮਤਲਬ ਜੇਲ ਮਿਲੇ ਹੋਣੇ ਆ ਅੰਡੇ ਵੀ ਰੱਖ ਸਕਦੇ ਆਟੇ ਵਿਚ ਮਤਲਬ ਕਮ ਅਜ ਕਮ ਜਿਹੜੇ ਹਜੇ ਅਸਾਂ ਥੋੜੇ ਜਿਹੇ ਯਾਦ ਹਨ ਥੋੜੇ ਥੋੜੇ ਅਸੀਂ ਮਤਲਬ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਕੇ ਤੇ ਅਸਾਂ ਇੱਕ ਬਿਲਕੁਲ ਪ੍ਰੋਗਰਾਮ ਦੀ ਸ਼ਕਲ ਸੇਵ ਕਰ ਸਕਦਾ ਜੀ ਬਿਲਕੁਲ ਬਹੁਤ ਹੀ ਅੱਛੀ ਕਾਵਿਸ਼ ਹੈ ਔਰ ਇਹ ਹੋਣਾ ਚਾਹੀਦਾ ਜਿਹੜੀ ਸਾਡੀ ਅਸਲ ਪਿਛਲੀ ਪੁਰਾਣੀ ਜ਼ੁਬਾਨ ਹੈ ਉਹ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਹ ਕੰਮ ਅਜ ਕੰਮ ਬੋਲਣ ਨਹੀਂ ਲੇਕਿਨ ਪਤਾ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਇਹ ਲਫ਼ਜ਼ਾਂ ਸਾਡੇ ਬਜ਼ੁਰਗ ਬੋਲਦੇ ਆ ਜ਼ਿਆਦਾ ਗਾਹੇ ਬਗਾਹੇ ਇਹ ਲਫ਼ਜ਼ ਜਿਹੜੇ ਨੇ ਬੋਲਣੇ ਚਾਹੀਦੇ ਬੋਲਣੇ ਬਹੁਤ ਜ਼ਰੂਰੀ ਹੈ ਇਹ ਸਾਡੀ ਜਿਹੜੀ ਸਮਝੋ ਕਿ ਜਿਹੜੀ ਪੁਰਾਣੀ ਮਦਰ ਲੈਂਗੁਏਜ ਹੈ ਜਿਹੜੀ ਮਾਦਰੀ ਜ਼ਬਾਨ ਹੈ ਸਾਡੀ ਵਾਲਦ ਦੀ ਤਰਫੋਂ ਸਾਨੂੰ ਵਾਲਦ ਦੀ ਤਰਫੋਂ ਮਿਲੀ ਹੈ ਇਸ ਨੂੰ ਨਹੀਂ ਬੋਲਣਾ ਚਾਹੀਦਾ ਕਿਉਂਕਿ ਵਾਲਦ ਨੇ ਜੀ ਇਹ ਮੇਰੇ ਖਿਆਲ ਨਾਲ ਦਾਦਿਆਂ ਤੱਕ ਮਹਦੂਦ ਸੀ ਉਸ ਤੋਂ ਬਾਅਦ ਮਤਲਬ ਇਹ ਖਿੰਡਰੀ ਬੁੰਨੀ ਗਈ ਖਿੰਡਰੀ ਬੁੰਨੀ ਗਈ ਹੈ ਤੁਸੀਂ ਉਹ ਵਾਲਦ ਦਾ ਨਾਮ ਲਿਖ ਲਿਆ ਸਾਡੇ ਨਾਲ ਜਿਹੜੇ ਵੱਡ ਵਡੇਰਿਆਂ ਮੇਰੇ ਵਾਲਦ ਸਾਹਿਬ ਮੇਰੇ ਚਾਚੇ ਹੋਣੀ ਇਹ ਆਪਣੇ ਵਾਲਦ ਨੂੰ ਵੀ ਚਾਚਾ ਦਿਆਂ ਨੇ ਨਾਜ਼ਰੀਨ ਇਹ ਬੜੀ ਇਸ ਇਲਾਕੇ ਜਿਹੜੇ ਆਪਣੇ ਵਾਲਦਾਂ ਨੂੰ ਚਾਚਾ ਕਹਿੰਦੇ ਸਨ ਬੜੀ ਅਜੀਬ ਰਸਮ ਆਈ ਅਜੀਬ ਹੀ ਆ ਤੇ ਨਾਨੀਆਂ ਮਾਂ ਵੱਡੀ ਨਾ ਮਾਂ ਵੱਡੀ ਹੈ ਵੱਡੀ ਮਾਂ ਜਾਂ ਮਾਂ ਵੱਡੀ ਹੈ ਬਿਲਕੁਲ ਐਸੇ ਲਫ਼ਾਜ਼ ਅੱਛਾ ਇੱਕ ਹੋਰ ਚੀਜ਼ ਜੀ ਆਪਣਾ ਕੱਲ ਨਾ ਤੁਸੀਂ ਕੀ ਆਉਂਦੇ ਹੋ ਆਪਣੀ ਜ਼ਬਾਨ ਚ ਕੱਲ 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 ਕਿਹੜਾ ਜਿਹੜਾ ਗੁਜ਼ਰ ਗਿਆ ਜਾਂ ਆਉਣਾ ਜਿਹੜਾ ਆਉਣਾ ਵੱਡੇ ਵੇਲੇ ਮਤਲਬ ਯਾਰ ਫਲਾਣੀ ਜੇ ਚ ਬਹਿਣਾ ਠੀਕ ਆ ਮੁਕਾਣੀ ਖਤਮ ਕਰਨ ਚੱਲੇ ਆ ਮੁਕਾਨ ਜਨਾਨੀਆਂ ਬਹਿਣੀਆਂ ਜਨਾਬ ਤ੍ਰੀਏ ਦਿਹਾੜੇ ਹੁੰਦੇ ਤ੍ਰੀ ਦਿਹਾੜੇ ਫੁੜੀ ਹੋਣੀ ਠੀਕ ਹੈ ਉਸ ਫੁੜੀ ਤੇ ਜਨਾਬ ਇਧਰਾਂ ਦਾ ਆਟਾ ਪਾ ਖਾਣਾ ਉਸ ਗਰਮ ਚ ਆਟਾ ਦੇਣਾ ਟਾਈਮ ਕੋਈ ਨੀ ਲੋਕਾਂ ਕੋਲ ਅੱਗੇ ਕੁੱਲ ਹੁੰਦੀ ਆਈ ਵਾਰ ਕਿ ਤੀਸਰੇ ਦਿਨ ਹੁਣ ਇੱਕ ਦਿਨ ਬੰਦਾ ਮਰਦਾ ਦੂਜੇ ਦਿਨ ਕੁੱਲੋ ਕਰਾਸਤੇ ਨੇ ਕੁੱਲ ਕਰਵਾ ਇੰਜੀ ਦਾ ਟਾਈਮ ਨਹੀਂ ਕੁੱਲ ਦੀ ਵੀ ਭਾਈ ਜਿਹੜੇ ਤੁਸੀਂ 2 4 6 ਬੰਦੇ ਪੁੱਛੇ ਲੋ ਨੇ ਵੇਣਾ ਬਸ ਬਸ ਉਸ ਤੋਂ ਲਾ ਕੋਈ ਸਮਝੀ ਅੱਗੇ ਇਹ ਤਾਂ ਭਾਈ ਜੀ ਪਤਾ ਲੱਗਣਾ ਹੈ ਬਾਬਾ ਕੀ ਫੋਤਗੀ ਹੋਈ ਤੇ ਹੁਣ ਮਤਲਬ ਤਹਿਸੀਲ ਆਉਂਦੀ ਆਈ ਪੂਰੀ ਤਹਿਸੀਲ ਆਉਂਦੀ ਆਈ ਸੋਚ ਕਰੋ ਹਾਂ ਹੁਣ ਤਾਂ ਥੋੜੇ ਜਿਹੜੇ ਗਵਾਡੀ ਨੂੰ ਵੀ ਨਾ ਆਉਂ ਅੱਗੇ ਤੋਂ ਪਤਾ ਵੀ ਜਿਸ ਵੇਲੇ ਕੋਈ ਮਰਵੇ ਨਾ ਤੇ ਜਨਾਬ ਪਿੱਟੇ ਨੇ ਦੇਖੀ ਗੱਲ ਬਿਲਕੁਲ ਮੈਨੂੰ ਯਾਦ ਆ ਗਈ ਹੈ ਜਨਾਨੀਆਂ ਜਨਾਬ ਜਿਹੜੀਆਂ ਨਾ
ਵਾਲ ਖੋਲ ਲੈਣੀਆਂ, ਵਾਲ ਖੋਲ ਕੇ ਤੇ ਲੱਕ ਬੰਨ ਲੈਣੀਆਂ, ਲੱਕ ਬੰਨ ਕੇ ਜਨਾਬ ਹਾਏ ਹਾਏ ਚਾਦਰਾਂ ਪਾ ਕੇ ਨਾ ਇੱਕ ਦੂਜੇ ਨਾਲ ਗੱਲ ਲੱਗਦੀਆਂ, ਫਿਰ ਰੋਣੀਆਂ, ਉਸ ਰੋਣ ਰੋਣ ਵਿੱਚ ਬਹਿ ਜੀ ਆਪਣੀਆਂ ਦੁਨੀਆਂ ਦੀਆਂ ਗੱਲਾਂ ਵੀ ਕਰੇਰੀਆਂ, ਸਾਰਾ ਕੁਝ ਫਲਾਣਾ ਮੈਂ ਪਰਸੋਂ ਮਿਲਿਆ, ਫਲਾਣਾ ਮਤਲਬ ਇਸ ਤਰ੍ਹਾਂ ਦੀ ਗੱਲ, ਮੈਂ ਪਰਸੋਂ ਵੀ ਆਈ ਆ ਤੇ ਬੈਠ ਰਹੀ ਆ ਤੇ ਸਾਡੀ ਇੱਕ ਰਿਸ਼ਤੇਦਾਰ ਹੈ, ਮੈਂ ਨਾਂ ਨਹੀਂ ਲੈਣਾ ਟੀਵੀ ਦਾ, ਉਹ ਜਨਾਬ ਗਈ ਜੀ ਫੌਤਕੀ ਦਾ, ਉੱਥੇ ਜਨਾਬ ਮੈਂ ਗੱਲ ਲੱਗੀ ਉਹ ਜਨਾਬ ਨਾ ਉਹ ਜੋ ਵਹਿਰ ਕਰਦੀਆਂ ਨਾ ਉਹਨਾਂ ਉੱਤੇ ਪਾ ਕੇ ਚਾਦਰ, ਉਸ ਜਨਾਬ ਗੱਲ ਗੱਲ ਵਿੱਚ ਹੀ ਖੁਦਾ ਇਹ ਮਾਨੀ ਪੁਰਾਣੀ ਗੱਲ ਨਹੀਂ, ਉਸ ਮੈਸੇਜ ਦੇ ਦਿੱਤਾ ਕੱਲ ਤੇਰਾ ਬੰਦਾ ਮੇਰੇ ਘਰੋਂ 5000 ਰੁਪਈਆ ਲੈ ਕੇ ਆਇਆ, ਲਿਆਦਾ ਉਹ ਤੁਸੀਂ ਵਾਪਸ ਦੇਣਾ ਹੀ ਦੇਣਾ, ਮੈਂ ਦੱਸੋ ਜ਼ੁਲਮ ਨਹੀਂ ਹੁੰਦਾ ਨਹੀਂ ਹੋਈ ਬਾਥਰੂਮ ਵਾਲੀ ਬਾਥਰੂਮ ਕਿਚਨ ਛੋ ਵੀ ਆਪਣੇ ਅੱਗੇ ਤਾਂ ਪੈ ਰਹੇ ਹੋ ਕਿਚਨ ਨੂੰ ਨਾ ਕੀਦਾ, ਨਹੀਂ 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 ਕਿਚਨ ਰਸੋਈ ਆਖ ਰਹੇ ਤੇ ਪਸਾਰੀ, ਬਾਥਰੂਮ ਛੋਟਾ ਪਿਸ਼ਾਬ ਕਰਨ ਵਾਸਤੇ, ਯੂਰਨ ਕਰਨ ਵਾਸਤੇ, ਬਾਕੀ ਉਹ ਬਾਈ ਜੀ ਉਹ ਬਾਹਰ ਉਹ ਬਾਈ ਜੀ ਸਾਨੂੰ ਪਤਾ ਹੁਣ ਤਾਂ ਬੜੀ ਜਿਹੜੀ ਨਿਜ਼ਾਮ ਆ ਗਿਆ, ਹਰ ਘਰ ਬਾਥਰੂਮ ਬਣ ਗਏ, ਪਾਣੀ ਆਮ ਦੱਸਿਆ ਵੀ ਅਸੀਂ ਛੋਟੇ ਛੋਟੇ ਹੁੰਦੇ ਆ ਸਮਝ ਨਾਲ ਕੋਈ ਨਾ ਨਿਜ਼ਾਮ ਨੀ ਨਾ ਘਰ ਵਿੱਚ ਬਾਥਰੂਮ ਆ, ਸੱਚੀ ਜਿਹੜੀ ਗੱਲ ਹੈ ਨਿੱਕਾ ਪਿਸ਼ਾਬ ਕਰ ਲੈਂਦੇ ਆ, ਵੱਡੇ ਵਾਸਤੇ ਬਾਹਰ ਰਹਿਣਾ ਪਾਉਂਦਾ ਤੇ ਪਾਣੀ ਦੀ ਬੜੀ ਕਿੱਲਤ ਆਈ ਉਸ ਇਲਾਕੇ ਸਾਡੇ ਪਹਾੜੀ ਇਲਾਕਾ ਕੋਈ ਨਾ ਪਾਣੀ, ਉਹ ਜਨਾਬ ਸਾਨੂੰ ਮਹਿਣਾ ਪਾਉਂਦਾ ਬਾਹਰ ਤੇ ਯਕੀਨ ਕਰੋਗੇ ਅਸੀਂ ਤੇ ਉਹ ਯਾਰ ਗੀਸੀ ਕਰ ਲੈਂਦੇ ਆ, ਗੀਸੀ ਸਮਝਦੇ ਹੁੰਦੇ ਗੀਸੀ ਵੱਟੇ ਨਾਲ ਵਟਵਾਣੀ ਵੀ ਜਿਹੜੀ ਹੈ ਉਹ ਵੀ ਜਨਾਬ ਮਿੱਟੀ ਦਾ ਵੱਟਾ ਜਾਂ ਕੋਈ ਦੇਖੋ ਜ਼ਬਾਨ ਨੂੰ ਖੋ ਦੇਣਾ ਬੁਰੀ ਚੀਜ਼ ਹੈ, ਲੇਕਿਨ ਜਿਹੜੇ ਦੂਜੇ ਗਲਤ ਕੰਮ ਉਹਨਾਂ ਨੂੰ ਖੋ ਦੇਣਾ ਅੱਛੀ ਚੀਜ਼ ਹੈ, ਡਿਵੈਲਪ ਹੋਣਾ ਚਾਹੀਦਾ, ਅਗਰ ਅਸੀਂ ਗੀਸੀ ਕਰਿੰਦੇ ਆ ਉਹ ਕੁਝ ਸਫਾਈ ਠੀਕ ਨਾ ਹੀ ਆਉਂਦੀ, ਨਾ ਸੁਣਨ ਦੇ ਮੁਤਾਬਕ ਹੁੰਦੀ ਹੈ ਨਾ ਮੈਡੀਕਲ ਤੌਰ ਤੇ ਬੰਦਾ ਸਹੀ ਸਾਫ਼ ਹੁੰਦਾ, ਸੱਚੀ ਜਿਹੜੀ ਗੱਲ ਹੈ, ਨਾ ਕੋਈ ਕਦੀ ਨਾਮ ਕੱਟੇ ਦੂਹਾਂ ਆਉਣੀਆਂ ਨਾਲ ਬੱਚੇ ਨਾਲ ਜਨਾਨੀਆਂ ਵੀ ਆਉਂਦੀਆਂ, ਬਾਅਦ ਬਾਈ ਜੀ ਆਪਣਾ ਜੂਹਾਂ ਤੋਂ ਬੇਹਤਰ ਆਉਣੀ ਹੈ ਤੇ ਬਾਈ ਜੀ ਜੂਹਾਂ ਤੇ ਜਨਾਨੀ ਨੇ ਲੈਣਾ ਬਣੀ ਵੀ ਆਉਂਦੀ ਹੈ, ਜੁਰਾਬਾਂ ਕਪੜਾ ਫਸਾ ਕੇ ਜਨਾਬ ਸਾਈਡ ਤੋਂ ਡਿਬਰੀ ਜੀ ਟਾਇਰ ਕੀਤੀ ਜਨਾਬ ਜਿਸ ਘਰ ਸ਼ਾਦੀ ਹੋਣੀ ਹੈ ਬੱਚੀ ਸੱਚੀ ਨੇ ਤੇ ਉਹ ਜਨਾਬ ਬਕਾਇਦਾ ਘਰ ਵਾਲੇ
ਲੱਕੜੀ ਦੇ ਪਾਸ ਹੁੰਦੇ ਆ ਲੱਕੜੀ ਦੇ ਪਾਸ ਜਨਾਬ ਦਿੰਦੇ ਆ
ਪੁਰਾਣੀਆਂ ਚੀਜ਼ਾਂ
ਠੀਕ ਹਨ ਉਹਨਾਂ ਅੰਦਰ ਮਤਲਬ ਹੁਣ ਵੀ ਜ਼ਰੂਰਤ ਹੈ ਅਗਰ ਥੋੜ੍ਹੀ ਜਿਹੀ ਮੁਆਸ਼ਰਾ ਤਵੱਜੋ ਦੇ ਨਾ ਮੈਂ ਵੇਖੋ ਨਾ ਇਹ ਕਰੋਨਾ ਆਇਆ ਨਾ ਇਸ ਮੇਰੀ ਮਾਜੀ ਆਉਂਦਾ ਵਾਪਸ ਜਾਂ ਨਹੀਂ ਆਉਂਦਾ ਹਰ ਸ਼ੈ ਗਿਣਾ ਆਇਆ ਨਾ ਵਾਪਸ ਬਾਈ ਬਿਲਕੁਲ ਇਹ ਫਾਲਤੂ ਚੀਜ਼ਾਂ 'ਚ ਬਾਹਰ ਘੱਟ ਨਿਕਲੋ ਪਿਸ਼ਾਬ ਤੋਂ ਬਾਅਦ ਨਹੀਂ ਮੈਂ ਅੱਗੇ ਸਾੜੀਆਂ ਮਟਕੀਆਂ ਆਉਂਦੀਆਂ ਪਰ ਨਮਾਸ਼ਾਂ ਦੀ ਜਿਹੜੀ ਅਜ਼ਾਨ ਹੈ ਉਹ ਤਾਂ ਬਾਹਰ ਹੋ ਗਿਆ ਨਮਾਸ਼ਾ ਬਾਈ ਜੀ ਰੋਟੀ ਖਾ ਗਈ ਖਾ ਲੈਂਦੇ ਆ ਮੈਂ ਤਾਂ ਮਾਂ ਜੀ ਚਾਹਨੇ ਚਾਹਨੇ ਰੋਟੀ ਖਾ ਮੈਂ ਨਮਾ ਦੀ ਇਹ ਜਿਹੜੀ ਸ਼ਾਮਾਂ ਦੀ ਅਜ਼ਾਨ ਹੋਣੀ ਜਾਂ ਮਗਰਬ ਦੀ ਉਹ ਬਤਨ ਗਾਲ ਹੋਣੀ ਚਾਹੀਦੀ ਬਸ ਇਹ ਬੜੀ ਛੂਟ ਹੈ ਛੂਟ ਹੈ ਇਸ ਤੋਂ ਤਤ ਬਾਈ ਜੀ ਸਮਝੋ ਬੰਨਵਾ ਤਾਂ ਸਨ ਬਾਗੀ ਤਸਵਰ ਕੀਤਾ ਜਾਂਦਾ ਈਵਨ ਕਿ ਮਾਰ ਵੀ ਪੈ ਰਹਿੰਦੀ ਹੈ ਜੀ ਬੜੀ ਸਲਾਮਾਂ ਇਹ ਨੂੰ ਮਾਰ ਬੜੇ ਕੁੱਟੇ ਨੇ ਜਨਾਬ ਸਵਾਬ ਨੂੰ ਕੰਮ ਸਮਝ ਕੇ ਇਹ ਸਾਰੇ ਤੁਸੀਂ ਸਵਾਬ ਇਹ ਬਾਰੀ ਨਹੀਂ ਹੁੰਦੀ ਹਾਂ ਹਾਂ ਆੜੂ ਤੇ ਪਿੱਛੋਂ ਫੜ ਕੇ ਬਾਈ ਜੀ ਦੀ ਸਾਈਡ ਤੋਂ ਨਾਲ ਬੜੀ ਤੇਰੀ ਮੈਨ ਮਾਰ ਪਈ ਹੈ ਹਾਂ ਇਹ ਵੀ ਗੱਲ ਦੀ ਮਾਰ ਪਈ ਹੈ ਲੋਟੇ ਪਏ ਮੈਨ ਪਾਣੀ ਦੇ ਭਰੇ ਲੋਟੇ ਲੋਏ ਦੇ ਪਿੱਛੋਂ ਕੋਲ ਦਾ ਮਾਰਿਆ ਬੜੀ ਕੀ ਲੱਗਾ ਉਸ ਟਾਈਮ ਅਸੁਲਨਾ ਮਾਵਨ ਸਖਤੀ ਜਿਹੜੀ ਆਈ ਨਾ ਜੀ ਉਹ ਸਖਤੀ ਆਈ ਸਾਨੂੰ ਬਿਹਤਰ ਕਰਨ ਵਾਸਤੇ ਬਾਈ ਨਾਲ ਬਿਹਤਰੀ ਆਵੇ ਜੀ ਹਾਂ ਹੁਣ ਮਾਵਾਂ ਸਖਤੀ ਨਹੀਂ ਕਰਨੀਆਂ ਉਹਦੀ ਵਜ੍ਹਾ ਤੋਂ ਔਲਾਦ ਵਿਗੜਦੀ ਹੈ ਜ਼ਿਆਦਾ ਮਾਵਾਂ ਵੀ ਅੱਜ ਕੱਲ੍ਹ ਦੀ ਬਾਈ ਜੀ ਮੰਮੀ ਡੈਡੀ ਆ ਰਹੀਆਂ ਨੇ ਹੁਣ ਪੁਰਾਣੀ ਮਾਵਾਂ ਵੀ ਨਹੀਂ ਰਹਿ ਗਈਆਂ ਸਿਸਟਮ ਵੀ ਨਹੀਂ ਰਹਿ ਗਿਆ ਹੁਣ ਜਾਂ ਥੋੜੀ ਜੀ ਦਰਦ ਹੋਈ ਹੈ ਜਨਾਬ ਮਾਈ ਜੀ ਲੰਮੇ ਪੈ ਰਹੇ ਅੱਜ ਕੱਲ੍ਹ ਦੀਆਂ ਜਿਹੜੀਆਂ ਮਾਵਾਂ ਬਾਈ ਜੀ ਬਠਾਈਆਂ ਸਿਰ ਬੱਦੇ ਜੋ ਨੇ ਤੇ ਜਨਾਬ ਲੱਗੀ ਰਹਿਣੀ ਹੈ ਸਾਰ ਸਿਰ ਬੱਦੇ ਕੀ ਹੁੰਦੇ ਆ ਮਤਲਬ ਵੇਖੀ ਦਾ ਕਿ ਵਿਚਾਰੀਆਂ ਜਦੋਂ ਪ੍ਰੈਗਨੈਂਟ ਹੋ ਗਈਆਂ ਬੱਚੇ ਆਉਣਾ ਲੈ ਹੁੰਦੇ ਆ ਤੇ ਪਾਣੀ ਬਰਨ ਗਏ ਹੁੰਦੀਆਂ ਯਾਰਾ ਮੈਂ ਆਪ ਆਪਣੀ ਅੱਖਾਂ ਨਾਲ ਦੇਖਦਾ ਬੜੇ ਸਿਰ ਤੇ ਰੱਖੇ ਹੋਏ ਜਨਾਬ ਸਾਹਿਬ ਇੱਕ ਜਾਪੋ ਤੋਂ ਮੈਂ ਕਹੀ ਹੈ ਖਾਸ ਕਰਕੇ ਕੁਛ ਲਾਇਆ ਬੰਦਾ ਕੁਛ ਲਾਇਆ ਇੱਕ ਪੇਟ ਵਿੱਚ ਤੇ ਉੱਤੇ ਜਨਾਬ ਸਿਰ ਤੇ ਰੱਖੀ ਖਾਰੀ ਸ਼ਰੀ ਇਹ ਮਾਮੂਲੀ ਗੱਲ ਹੈ ਇਹ ਗੱਲ ਹੀ ਵੇਖਣਾ ਚਾਹੀਦਾ ਔਰ ਇੱਕ ਹੋਰ ਥੋੜਾ ਜਿਹਾ ਪਿੱਛੇ ਵੰਨੋ ਇਹ ਜਿਹੜੀਆਂ ਚੀਜ਼ਾਂ ਦੀ ਅਸੀਂ ਅੱਜ ਕੱਲ੍ਹ ਕਦਰ ਨਾ ਕਰਦੇ ਪਏ ਸਾਡੇ ਵਾਸਤੇ ਬੜੀ ਸਮਝਣ ਵਾਲੀ ਗੱਲ ਹੈ ਜਨਾਬ ਕਿ ਸਾਡੇ ਜਿਹੜੀ ਮਾਈਆਂ ਇਹ ਮੈਂ ਆਪਣੀ ਅੰਮਤ ਨਹੀਂ ਅੱਜ ਤਾਈਂ ਜਿਹਨੂੰ ਵੇਖਿਆ ਇਮਾਨੀ ਪੁਰਾਣੀ ਗੱਲ ਕੀ ਕੋਣ ਇਹ ਵੀ ਜਿਸ ਟਾਈਮ ਔਰਤਾਂ ਟੁੱਟਦੀਆਂ ਹਨ ਨਾ ਇਹ ਜਿਹੜੀ ਜੁੱਤੀ ਨਹੀਂ ਆਪਣੀ ਜਨਾਬ ਹੈ ਇਹ ਇੱਕ ਦੂਸਰੇ ਵਿੱਚ ਫਸਾ ਕੇ ਨਾ ਕੱਚ ਥੱਲੇ ਦੇ ਦੇਣੀਆਂ ਜਾਂ ਸਿਰ ਤੇ ਰੱਖ ਇਹ ਉਹ ਕੁੜੀਆਂ ਕਰਨੀ ਹੈ ਜਨਾਨੀਆਂ ਕਰਨੀ ਹੈ ਜਿਹੜੀਆਂ ਮਤਲਬ ਇੱਕ ਬਾਹਰ ਬਹਿਣੀ ਹੈ ਨਾ ਜਾਂ ਬਾਹਰ ਬਾਹਰਲੇ ਮੁਲਕ ਨਹੀਂ ਬਾਹਰ ਘਰੋਂ ਬਾਹਰ ਨਹੀਂ ਦੂਸਰੇ ਪਿੰਡ ਚ ਨਹੀਂ 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 ਦੂਸਰੇ ਪਿੰਡ ਲੱਗੇਗੇ ਜਾਂ ਇਹ ਬਹਿਣੀ ਹੈ ਆਪਣਾ ਵਿਰਾਲਾ ਚ ਵਿਰਾਲਾ ਚ ਬਿਲਕੁਲ ਠੀਕ ਹੈ ਨਾ ਉਹਨਾਂ ਜਨਾਬ ਜੁੱਤੀਆਂ ਜੁੱਤੀ ਨਾ ਟੁੱਟੇ ਖਰਾਬ ਨਾ ਹੋਵੇ ਨੇ ਕੱਪੜੇ ਕੋਈ ਇਸ ਤਰੀਕੇ ਨੇ ਅੱਛਾ ਕੱਪੜੇ ਦੇ ਫਿਰ ਬੜੀ ਬੜੀ ਕੀ ਨਾ ਇਹਦੇ ਹੈ ਤੂੰ ਬੜੀ ਜਿਹੜਾ ਬਣ ਗਿਆ ਜਿਹੜਾ ਬਣ ਗਿਆ ਨਹੀਂ ਉਹ ਬੜਾ ਬੜਾ ਜਲੀਦ ਤਰੀਕਾ ਹੁੰਦਾ ਕਿ ਇਸਤਰੀਆਂ ਕੋਈ ਨਾ ਹੋਣੀਆਂ ਬਾਈ ਜੀ ਇਸਤਰੀਆਂ ਕਿਦੋਂ ਆਈਆਂ ਉਸ ਟਾਈਮ ਅੰਗਾਰਾ ਦੀ ਇਸਤਰੀ ਹੁੰਦੀ ਹੈ ਅੰਗਾਰਾ ਦੀ ਹੁੰਦੀ ਹੈ ਜਿਹਨਾਂ ਕੋਲ ਉਹ ਵੀ ਉਹਨਾਂ ਕੋਲ ਜਿਹਨਾਂ ਕੋਲ ਕੋਲ ਵੱਲ ਹੈ ਕੋਈ ਪੈਸੇ ਜਿਹਨਾਂ ਕੋਲ ਹੁੰਦੇ ਆ ਇਸਤਰੀ ਲੈਣ ਦੇ ਅਕਸਰ ਗਲਾਸ ਵਿੱਚ ਪਾ ਕੇ ਨੂੰ ਤਾਂ ਕੋਲੇ ਹਾਂ ਉਹ ਗਲਾਸ ਨਾਲ ਬਾਈ ਜੀ ਫਰੇ ਪਤਾ ਨਹੀਂ ਨਹੀਂ ਮੈਂ ਮਤਲਬ ਇਸਤਰੀ ਹੀ ਹੋ ਲੋਏ ਮੈਂ ਨਹੀਂ ਨਹੀਂ ਮੈਂ ਦੇਖਿਆ ਨਾ ਅੱਛਾ ਮਤਲਬ ਸਾਡੇ ਕੋਲ ਵੀ ਇਸਤਰੀ ਆਈ ਅਜੇ ਵੀ ਸਾਡੇ ਨਿਸ਼ਾਨੀ ਪਈ ਹੈ ਉਹ ਕੋਲਿਆਂ ਦੀ ਇਸਤਰੀ ਹਾਂ ਹਾਂ ਬਾਲੂ ਸਾਹਮਣੇ ਦੇ ਜ਼ਮਾਨੇ ਦੀ ਤਾਂ ਲੇਕਿਨ ਅਕਸਰ ਘਰਾਂ ਵਿੱਚ ਜਨਾਬ ਕੋਈ ਨਾ ਉਹ ਇਸਤਰੀ ਹੁੰਦੀ ਤੇ ਬਸ ਗਲਾਸ ਜਿਹੜਾ ਨਾ ਚੇੜਾ ਗਲਾਸ ਜਿਹੜਾ ਹੁੰਦਾ ਉਹਦੇ ਕੋਲੇ ਪਾ ਕੇ ਜਨਾਬ ਉਹ ਪਲੱਸ ਨਾਲ ਲੱਭ ਕੇ ਨਾ ਇਸਤਰੀ ਕੋਲੀ ਨਹੀਂ ਉਸ ਨਾਲ ਕੋਲੀ ਆਉਂਦੇ ਨੇ ਸਾਡੇ ਕੋਲੇ ਅਸ ਨਹੀਂ ਜਿਹੜੀ ਵੱਡਾ ਹੁੰਦਾ ਨਾ ਥੋੜਾ ਜਿਹਾ ਕੋਲ ਹੁੰਦਾ ਨਹੀਂ ਨਹੀਂ ਕੋਲ ਦੋ ਹੋਣਾ ਨਾ ਜਿਹੜਾ ਵੱਡਾ ਹੁੰਦਾ ਕੋਲੀ ਹੋਣੀ ਜਿਸ ਮਤਲਬ ਗਲੇ ਨੂੰ ਤੇ ਦਿੱਤੀ ਨਹੀਂ ਬਠਣ ਨੇ ਤੋੜ ਓਏ 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 ਉਸਾ ਬਠਣ ਵੀ ਆਪਣੇ ਨਾਲ ਨਾ ਉਹ ਨਹੀਂ ਨਹੀਂ ਉਹ ਹੋਰ ਚੀਜ਼ ਹੁੰਦੀ ਹੈ ਉਹ ਗੁੱਗਾ ਹੁੰਦਾ ਨਹੀਂ ਨਹੀਂ ਗੁੱਗਾ ਤਾਂ ਛੋਟਾ ਹੁੰਦਾ ਨਾ ਗੁੱਗੇ ਚਾਹ ਪੀ ਨਹੀਂ ਹਾਂ ਇਹ ਜਿਹੜੇ ਆਪਣੇ ਇਹ ਨਾ ਬਠਣ ਬਠਣ ਨੇ ਗਲੇ ਨੂੰ ਤੇ ਇੱਕ ਦੌਰ ਹੁੰਦਾ ਨਹੀਂ ਨਹੀਂ ਦੌਰ ਤੇ ਹੁੰਦੇ ਜਿਹੜੇ ਚਟੂਰੀ ਦੀ ਦਿੱਲੀ ਦੇ ਹਾਂ ਵੱਡਾ ਲੱਸੀ ਵਾਲਾ ਲੱਸੀ ਵਾਲਾ ਹਾਂ ਉਹ ਉਹ ਹੁੰਦਾ ਉਸ ਤੋਂ ਦਾ ਜਨਾਬ ਇਹ ਕੋਈ ਇਹ ਮਹਿਸੂਸ ਹੁੰਦਾ ਕੋਈ ਨਾ ਹੁੰਨੀ ਆ ਕਗੀਆਂ ਕੋਈ ਨਾ ਹੁੰਨੀਆਂ ਜਨਾਬ ਇਹ ਇੰਜੇ ਗੱਲ ਜੁੱਤੀ ਪਾਲਿਸ਼ ਤਾਂ ਹੁਣ ਨਿਜ਼ਾਮ ਸ਼ੁਰੂ ਹੋਇਆ ਕਿ ਲੈ ਲਓ ਨਹੀਂ ਜੁੱਤੀਆਂ ਹੁੰਦੀਆਂ ਨਵਾਈ ਚੱਪਲਾਂ ਹੁੰਦੀਆਂ ਬਾਈ ਜੀ ਜੁੱਤੀਆਂ ਸਾਰੀਆਂ ਅੱਗੋ ਹੀ ਤਰੋਲੀ ਨਹੀਂ ਹੁੰਦੀ ਇੰਜ ਕਰ ਕਰ ਜਿਹੜਾ ਚੱਪਾ ਨਾ ਜੀ ਚੱਪਾ ਕੋ ਲੈ ਵੰਦਾ ਮਤਲਬ ਮਾਰ ਕੇ ਨਾ ਸੀ ਜ਼ਮੀਨ ਤੇ ਕੋ ਲੈ ਵੰਦਾ ਤਾਂ ਖੋਲ ਕੇ ਸੱਚ ਦਿੰਦੇ ਆ ਹਾਂ ਤੇ ਅੰਗੂਠੇ ਜਿ ਮਾਰ ਕੱਢੇ ਹੋਏ ਨੇ ਕੱਟ ਕੱਢੇ ਨੇ ਐਸਾ ਨਿਜ਼ਾਮ ਆ ਵੱਡੇ ਬਾਈ ਦੇ ਕੱਪੜੇ ਮਤਲਬ ਉਸ ਤੋਂ ਛੋਟੇ ਹੁੰਦੇ ਨਿੱਕੇ ਪਵਾ ਚਲੇ ਆ ਵੱਧ ਨਿੱਕੇ ਛੋਟੇ ਉਸ ਤੋਂ ਛੋਟੇ ਤੇ ਵੱਡੀਆਂ ਨੇ ਕੱਪੜੇ ਜਨਾਬ ਮਤਲਬ ਇਹ ਕਿ ਉਹਨਾਂ ਛੋਟੇ ਹੋਏ ਜਾਂ ਮਤਲਬ ਵੱਡੀਆਂ ਨੇ ਛੋਟੇ ਹੋਏ ਤੇ ਬੱਚੀਆਂ ਨੂੰ
कुछ मामला बहुत बेहतरी हुई है लेकिन कुछ चीजें तर्क करके अपना जरा ना निजाम खराब किया नहीं तरक्की कोई तकरीबन कुछ सोच हो मेरे ख्याल ना पांच पक्के मकान बाकी सारे का सारे सारे दो कमरे जेने आ ना वो पक्के आ ना पक्के लेंटर लूंटर तो आंदे कोई ना नहीं नहीं पक्की इटा ना पक्के इन्हां कदा जेनिया नो इटा नहीं आ उत्ता बाले हां बाले ते मतलब ठीक मतलब वो अच्छे निजाम आ हां थले शाहपुर पार उत्ता बाले बात तक काने होंदे आ तब बंदी शाह आ मैंने तब बंदी समझ जाओ हां वो होंदी है एक जिला ना वो कच्चा काट सुते बारिश आई चो पी हाथ है मजाक कर रहे पागल हो गए मोटरसाइकिल मोटरसाइकिल तो समझो पिंड जिसको लंबी है ना यामा वो यामा वो तो भाई जी खान खनीन बंदा पिंड का चंगा बंदा चौधरी उन को मोटरसाइकिल ने भाई जी हां इंदे गल टेलीफोन को इना नंदे ओ अह टीमियां को इना नंदिया रेडवे किसी को रंदा वो भी किसी को ना होता क्योंकि रेडवे तो भाई जी अच्छा फिर जिस नई नई इस्लाम में तरक्की हुई ना तो 100 रुपए का रेडवे मिलने ने का मरीद हो गया इस्लामो मतलब जहाज हां
ਇੱਕ ਜਨਾਬ ਇੰਜ ਕਾਗਜ਼ ਲੈ ਕੇ ਨਾ ਇੰਜ ਕਰਕੇ ਨਾ ਤਰੱਕੀ ਆਈ ਨਾ ਮੋਟਰਸਾਈਕਲਾਂ ਦੇ ਟਾਇਰ ਅਸੀਂ ਜਨਾਬ ਰੋਲੀ ਰੱਖਣੇ ਸਾਰਾ ਦਿਨ ਜਗ੍ਹਾ ਕਰ ਲਈ ਨਾਲੀ ਮੋਬਾਇਲ ਟਿਕਟੋਕ ਪਬਜੀ ਸਾਂਪ ਵਾਲੀ ਗੇਮ ਮਤਲਬ ਗੇਮਾਂ ਇਹ ਤਾਂ ਜ਼ੁਲਮ ਹੈ ਜ਼ੁਲਮ ਹੈ ਮੈਂ ਤਾਂ ਮੇਰੇ ਦੋ ਬੇਟੇ ਜੀ ਮੈਂ ਉਹਨਾਂ ਫਟਕਾਰ ਮਾਰ ਕੇ ਨਾ ਸ਼ਹਿਰ ਵੇਖੋ ਨਾ ਮੈਂ ਜਨਵਰੀ ਚ ਮੇਰੇ ਦੋਸਤ ਨੇ ਉਹਨਾਂ ਦਾ ਫੋਨ ਲਾ ਦਾ ਜੀ ਹੱਥਾਂ ਦਾ ਸਾਈਕਲ ਚਲਾਉਂਦੇ ਨੇ ਤੁਰਕੀ ਵਿੱਚ ਈਵਨ ਸਾਈਕਲ ਲੋਕ ਚਲਾਉਂਦੇ ਜੀ ਰੋਟੀ ਖਾਈ ਲੰਮੇ ਪੈ ਰਹੇ ਪੇਟ ਵੱਧ ਗਏ ਪੇਟ ਨੀ ਗੱਲ ਹੋਣੀ ਪਈ ਤੇ ਮੈਂ ਐਕਸਪੀਰੀਅੰਸ ਦੋ ਚੀਜ਼ਾਂ ਐਸੀ ਗੁਜ਼ਰੀਆਂ ਨੇ ਖਾਸ ਕਰਕੇ ਵੈਸੇ ਤੇ ਹਰ ਚੀਜ਼ ਨੂੰ ਜਿੱਥੇ ਤੁਸੀਂ ਢਿੱਲਦੇ ਹੋ ਉਹਨੇ ਵਧਣੀ ਜਿਸ ਚੀਜ਼ ਨੂੰ ਢਿੱਲਦੇ ਹੋ ਉਹ ਵਧਸੀ ਲੇਕਿਨ ਤਿੰਨ ਚੀਜ਼ਾਂ ਐਸੀਆਂ ਨੇ ਕਿ ਜਿਹਨਾਂ ਤੇ ਇਨਸਾਨ ਨੂੰ ਬੜਾ ਸਪੈਸ਼ਲ ਕੰਟਰੋਲ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਹੈ ਜਨਾਬ ਭੁੱਖ ਭੁੱਖ ਤੇ ਤੁਸੀਂ ਕੰਟਰੋਲ ਰੱਖੋ ਠੀਕ ਹੈ ਤੇ ਭੁੱਖ ਘਟਸੀ ਘਟਸੀ ਭੁੱਖ ਤੇ ਅਗਰ ਕੰਟਰੋਲ ਨਾ ਰੱਖੇ ਸੋ ਤੇ ਭੁੱਖ ਵਧਸੀ ਠੀਕ ਹੈ ਦੂਸਰੀ ਜਨਾਬ ਚੀਜ਼ ਹੈ ਨੀਂਦ ਨੀਂਦ ਤੇ ਤੁਸੀਂ ਕੰਟਰੋਲ ਨਾ ਕਰੇ ਸੋ ਤੇ ਨੀਂਦ ਜਨਾਬ ਅੱਜ ਅਗਰ ਤੁਸੀਂ 8 ਘੰਟੇ ਕਰੇ ਸੋ ਤੇ ਕੱਲ 8:30 ਤੇ ਪਰਸੋ 9 ਤੇ ਵਧ ਰਹੀ ਰਹੀ ਸੀ ਠੀਕ ਹੈ ਵਾ ਤੁਸੀਂ ਹੋਵੇ ਸੋ ਸੋਤੜ ਨਾ ਠੀਕ ਹੈ ਤੇ ਤੀਸਰੀ ਚੀਜ਼ ਹੈ ਜਨਾਬ ਜਿਹੜੀ ਮੈਂ ਸਮਝਣਾ ਕਿ ਉਹ ਹੈ ਮੁਹੱਬਤ ਇਹ ਵੀ ਅਗਰ ਇਸ ਹਾਂ ਇਸ ਨੂੰ ਵੀ ਅਗਰ ਤੁਸੀਂ ਜਿੰਨੇ ਦਿਲ ਦੇਸੋ ਨਾ ਇਹ ਜਨਾਬ ਤੁਹਾਡੇ ਤੇ ਬੇਕਾਬੂ ਹੋ ਜਾਂਦੇ ਨੀਂਦ ਵੀ ਤੁਹਾਡੇ ਤੇ ਬੇਕਾਬੂ ਖਾਣਾ ਵੀ ਤੁਸੀਂ ਬੇਕਾਬੂ ਹੋ ਜਾਂਦੇ ਹੋ ਆਦਤ ਹੀ ਕਹਿ ਲੋ
ਲੇਕਿਨ ਇਹ ਥੋੜੀ ਕਮਜ਼ੋਰੀ ਬਣ ਜਾਂਦੀ ਲੇਕਿਨ ਨਾਕਸ ਅਕਲ ਦੇ ਮੁਤਾਬਿਕ ਮੈਂ ਜਿਹੜਾ ਨਿਚੋੜ ਕੱਢਿਆ ਨਾ ਜੀ ਅਸਾਂ ਫਿਰ ਅਕਤ ਨੀ ਪੁੱਛਣਾ ਕਿ ਅਸੀਂ ਨਿਚੋੜ ਕੱਢੀਏ ਲੇਕਿਨ ਮੈਂ ਬਹੁਤ ਸਾਰੀ ਚੀਜ਼ਾਂ ਨੂੰ ਅਨਾਲਿਸਿਸ ਕੀਤਾ ਸਿਰਫ ਨਮਾਜ਼ ਦਾ ਨਹੀਂ ਜ਼ਿਕਰ ਕੀਤਾ, ਰੋਜ਼ੇ ਦਾ ਨਹੀਂ ਜ਼ਿਕਰ ਕੀਤਾ, ਹਜ ਦਾ, ਜ਼ਕਾਤ ਦਾ, ਹੈਂ, ਸਿਰਫ ਸਬਰ ਦਾ ਜ਼ਿਕਰ ਕੀਤਾ ਇਹਨੇ ਨਾਲ ਤੇ ਇਸ ਮੁਸਲਮਾਨ ਵਾਸਤੇ ਨਹੀਂ ਕੀਤਾ, ਸਭ ਵਾਸਤੇ ਸਬਰ ਜਿੰਨੇ ਵੀ ਕੀਤਾ ਇਨਸਾਨ ਤਮਾਮ ਇਨਸਾਨੀਅਤ ਵਾਸਤੇ ਤਮਾਮ ਇਨਸਾਨੀਅਤ ਯਾਰ ਦੇਖੋ ਅੱਛਾ ਫਿਰ ਦੇਖੋ ਰੋਜ਼ਾ ਸਾਨੂੰ ਸਬਰ ਸਿਖਾਉਂਦਾ, ਨਮਾਜ਼ ਸਾਨੂੰ ਸਬਰ ਸਿਖਾਉਂਦੀ ਹੈ, ਮਤਲਬ ਮੈਂ ਤੇ ਇਹ ਅਕਸਰ ਇਹ ਚੀਜ਼ ਦੇਖੇ ਮਤਲਬ ਇੱਕ ਅੱਲਾਹ ਤਾਲਾ ਨੇ ਸਾਨੂੰ ਉਹਨਾਂ ਉਹਨਾਂ ਚੀਜ਼ਾਂ ਦਾ ਅਗਲੇ ਜਹਾਨ ਮਤਲਬ ਉਹ ਸਾਨੂੰ ਚੀਜ਼ਾਂ ਮਿਲਣੀਆਂ ਨੇ ਜਾਂ ਉਹਨਾਂ ਚੀਜ਼ਾਂ ਨਾਲ ਸਾਨੂੰ ਕਿਹਾ ਗਿਆ ਕਿ ਅਗਲੇ ਜਨਮ ਤੁਸੀਂ ਮੇਰਾ ਹੋਰਾਂ ਮਿਲਣਗੀਆਂ, ਠੀਕ ਹੈ, ਸ਼ਰਾਬ ਮਿਲੇਗਾ ਔਰ ਉਸ ਤੋਂ ਬਾਅਦ ਦੁੱਧ ਦੀਆਂ ਨਹਿਰਾਂ ਮਿਲਣਗੀਆਂ, ਠੀਕ ਹੈ। ਅੱਛਾ ਮਤਲਬ ਗੱਲ ਕਰਨ ਦਾ ਮਤਲਬ ਇਹ ਹੈ ਕਿ ਔਰ ਉਹਨਾਂ ਚੀਜ਼ਾਂ ਨੂੰ ਹੀ ਇੱਥੇ ਸਾਨੂੰ ਮਨਾ ਕਰ ਦਿੱਤਾ ਗਿਆ, ਹਾਂ ਤੇ ਸਬਰ ਹੀ ਹੈ ਨਾ, ਸਬਰ ਹੀ ਹੈ, ਮਤਲਬ ਇਹ ਸਬਰ ਅਸੀਂ ਕਿਹਦੇ ਕੋਲ ਕਰਾਂ, ਨਫਸ ਤੋਂ, ਨਫਸ ਬੇਸਿਕਲੀ ਤੁਸੀਂ ਨਫਸ ਨੂੰ ਕੀ ਕਿਸ ਤਰ੍ਹਾਂ ਮਤਲਬ ਡਿਫਾਈਨ ਕਰਦੇ ਹੋ? ਮੈਂ ਤੇ ਨਫਸ ਜਿਹੜਾ ਇਹ ਬੇਸਿਕਲੀ ਦੋ ਚੀਜ਼ਾਂ ਨਾਲ ਮਜਨੂ ਆ, ਅੱਛਾ, ਰੂਹ ਹਾਂ ਤੇ ਜਿਸਮ, ਜਿਸਮ ਇਹ ਮਿਲਾ ਕੇ ਨਫਸ ਬਣਨਾ ਮੇਰੇ ਖਿਆਲ ਵਿੱਚ, ਪਤਾ ਨਹੀਂ ਮਤਲਬ ਇਹ ਦੋਸਤ ਨਾਲ ਸੀ ਗਲਤ ਹੋਈ, ਲੇਕਿਨ ਮਤਲਬ ਇਹ ਨਫਸ ਇਹ ਹੈ, ਨਫਸ ਦਾ ਤਾਲੁਕ ਤੇ ਰੂਹ ਨਾਲ ਹੀ ਹੈ ਨਾ ਜੀ। ਖੈਰ ਜਨਾਬ ਨਜ਼ਰੀਨ, ਅੱਜ ਬੜੀਆਂ ਜ਼ਬਰਦਸਤ ਗੱਲਾਂ ਹੋਈਆਂ, ਬੜੀਆਂ ਪੁਰਾਣੀਆਂ ਗੱਲਾਂ ਹੋਈਆਂ, ਤੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਡੀ ਚੀਜ਼ਾਂ ਸੇਵ ਹੋ ਜਾਣਗੀਆਂ ਔਰ ਇਨਸ਼ਾਅੱਲਾ ਤਾਲਾ ਇਹ ਸਾਡੀਆਂ ਹੋਰ ਚੀਜ਼ਾਂ ਨੇ ਕਿ ਇੱਕ ਅਰਸਾ ਦਰਾਜ ਤੱਕ ਦੇਖੀਆਂ ਜਾਣਗੀਆਂ। ਮਤਲਬ ਅੱਜ ਇਸ ਦੌਰ ਵਿੱਚ ਸਾਨੂੰ ਇਹ ਤਾਂ ਬੜਾ ਫਾਇਦਾ ਨੇ ਕਿ ਅਸੀਂ ਚੀਜ਼ਾਂ ਨੂੰ ਮਹਿਫੂਜ਼ ਕਰ ਲੈਂਦੇ, ਖੈਰ ਇਹ ਚੀਜ਼ਾਂ ਅਸੀਂ ਜਨਾਬ ਮਹਿਫੂਜ਼ ਕਰ ਲਈਆਂ, ਠੀਕ ਹੈ। ਤਾਂ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਤੁਸੀਂ ਪਸੰਦ ਆਏਗੀ ਕਿ ਅਗਰ ਤੁਸੀਂ ਸਮਝੋ ਕਿ ਇਹ ਸਾਡੀ ਕਾਵਿਸ਼ ਇੱਕ ਅੱਛੀ ਕਾਵਿਸ਼ ਹੈ ਅਤੇ ਇਹ ਸਾਡੀ ਹੌਸਲਾ ਅਫਜ਼ਾਈ ਕਰਨ ਵਾਸਤੇ ਇਸ ਵੀਡੀਓ ਨੂੰ ਲਾਈਕ ਵੀ ਕਰਿਓ ਅਤੇ ਸ਼ੇਅਰ ਵੀ ਕਰਿਓ, ਅਤੇ ਦੂਸਰਾ ਅਗਰ ਅਜੇ ਤੱਕ ਅਗਰ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਜਿਹੜਾ ਉਹ ਵੀ ਸਬਸਕ੍ਰਾਈਬ ਕਰਿਓ ਤੇ ਘੰਟੀ ਦੇ ਬਟਨ ਨੂੰ ਲਾਜ਼ਮੀ ਕਲਿੱਕ ਕਰੋ, ਲਾਜ਼ਮੀ ਕਲਿੱਕ ਕਰੇ ਅਗਰ ਘੰਟੀ ਦੇ ਬੈਸੋ ਤੇ ਬਸ ਦੀ ਵੀਡੀਓ ਆਣੀ ਰਸਨ, ਠੀਕ ਹੈ ਜਨਾਬ। ਇਹਨਾਂ ਨੂੰ ਫਜ਼ਲ ਨਾਲ ਹੀ ਮੁਹੰਮਦ ਇਸਲਾਮ ਤੇ ਰਾਜਾ ਮੁਸ਼ਤਾਕ ਨੂੰ ਜਿਆਦਾ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਪਾਕਿਸਤਾਨ ਜ਼ਿੰਦਾਬਾਦ, ਅੱਲਾਹ ਹਾਫਿਜ਼।